ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਬੇਸਣ ਦੀ ਬਰਫੀ ਬਣਾਵਾਂਗੇ। ਬਹੁਤ ਈਜ਼ੀ ਹੈ ਬਣਾਉਣੀ ਅਤੇ ਟੇਸਟੀ ਬਹੁਤ ਹੁੰਦੀ ਹੈ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਬਟਨ ਦਬਾਓ ਤਾਂ ਕਿ ਜੋ ਵੀ ਮੈਂ ਕੁਛ ਨਵਾਂ ਬਣਾਵਾਂਗੀ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲੇ। ਤਾਂ ਆਪਾਂ ਸ਼ੁਰੂ ਕਰਦੇ ਹਾਂ ਬੇਸਣ ਦੀ ਬਰਫੀ ਬਣਾਉਣਾ। ਬੇਸਣ ਦੀ ਬਰਫੀ ਬਣਾਉਣ ਲਈ ਮੈਂ 400 ਗ੍ਰਾਮ ਬੇਸਣ ਲਿਆ, 400 ਗ੍ਰਾਮ ਹੀ ਮੈਂ ਦੇਸੀ ਘਿਓ ਲਵਾਂਗੀ। ਇੱਥੇ ਆਪਾਂ ਜੰਮਿਆ ਹੋਇਆ ਘੀ ਯੂਜ਼ ਕਰਾਂਗੇ, ਤੁਸੀਂ ਡਾਲਡਾ ਘੀ ਵੀ ਯੂਜ਼ ਕਰ ਸਕਦੇ ਹੋ। ਅਤੇ 500 ਗ੍ਰਾਮ ਮੈਂ ਚੀਨੀ ਲਊਂਗੀ। ਅਤੇ ਸ਼ੁਰੂ ਕਰਦੇ ਹਾਂ ਹੁਣ। ਸਭ ਤੋਂ ਪਹਿਲਾਂ ਮੈਂ ਘਿਓ ਪਾਉਂਗੀ। ਘਿਓ ਗਰਮ ਹੋ ਗਿਆ, ਹੁਣ ਬੇਸਣ ਪਾ ਦਾਂਗੇ। ਮਿਕਸ ਕਰਾਂਗੇ ਹੁਣ। ਅਤੇ ਮੈਂ ਇਹਨੂੰ 10 ਮਿੰਟ ਲਈ ਭੁੰਨੂੰਗੀ ਸਲੋ ਫਲੇਮ 'ਤੇ, ਬਿਲਕੁਲ ਸਲੋ 'ਤੇ ਰੱਖਾਂਗੇ ਅਤੇ ਨਾ ਅਤੇ ਇਹਨੂੰ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਨੀਚੇ ਨਾ ਲੱਗੇ। ਦਸ ਮਿੰਟ ਹੋ ਗਏ ਨੇ ਅਤੇ ਇਹ ਪੂਰੀ ਤਰ੍ਹਾਂ ਬਣ ਚੁੱਕੇ ਆ ਅਤੇ ਮੈਂ ਗੈਸ ਬੰਦ ਕਰ ਦੂੰਗੀ ਹੁਣ। ਅਤੇ ਹੁਣ ਮੈਂ ਇਹਨੂੰ ਕੱਢ ਲੂੰਗੀ ਪਲੇਟ 'ਚ। ਹੁਣ ਮੈਂ ਇਸੇ ਕੜਾਹੀ 'ਚ 2 ml ਪਾਣੀ ਪਾਉਂਗੀ ਅਤੇ ਚੀਨੀ ਪਾਉਂਗੀ ਹੁਣ। ਇਹਨੂੰ 10 ਮਿੰਟ ਲਈ ਪਕਾਵਾਂਗੇ ਮੀਡੀਅਮ ਫਲੇਮ 'ਤੇ। 10 ਮਿੰਟ ਹੋ ਗਏ ਨੇ ਅਤੇ ਚਾਸ਼ਣੀ ਬਣ ਚੁੱਕੀ ਹੈ, ਹੁਣ ਮੈਂ ਗੈਸ ਬੰਦ ਕਰ ਦੂੰਗੀ। ਥੋੜ੍ਹਾ ਜਿਹਾ ਮੈਂ ਕਲਰ ਪਾਉਂਗੀ ਯੈਲੋ, ਇਹ ਆਪਸ਼ਨਲ ਹੈ, ਤੁਸੀਂ ਪਾਉਣਾ ਤਾਂ ਪਾ ਸਕਦੇ ਹੋ। ਮਿਕਸ ਕਰਾਂਗੇ ਹੁਣ ਇਹਨੂੰ। ਅਤੇ ਜਿਹੜਾ ਇਹ ਮੈਂ ਬੇਸਣ ਭੁੰਨਿਆ ਸੀ ਇਹ ਪਾ ਦੂੰਗੀ ਹੁਣ। ਇਹਨੂੰ ਮਿਕਸ ਕਰਾਂਗੇ ਹੁਣ। ਅਤੇ ਹੁਣ ਮੈਂ ਇਹਨੂੰ ਠੰਡਾ ਹੋਣ ਲਈ ਰੱਖ ਦੂੰਗੀ ਇੱਦਾਂ ਹੀ। ਹੁਣ ਮੈਂ ਥਾਲ ਲਿਆ ਇੱਕ ਜਿਹ 'ਚ ਬਰਫੀਆਂ ਜਮਾਉਣੀਆਂ ਨੇ ਅਤੇ ਹੁਣ ਮੈਂ ਇਹਦੀ ਓਇਲਿੰਗ ਕਰੂੰਗੀ ਰਿਫਾਇੰਡ ਓਇਲ ਨਾਲ। ਬਰਫੀ ਦਾ ਮਿਕਸਚਰ ਠੰਡਾ ਹੋ ਗਿਆ, ਹੁਣ ਜ਼ਿਆਦਾ ਠੰਡਾ ਵੀ ਨਹੀਂ ਰੱਖਣਾ, ਥੋੜ੍ਹਾ ਕੋਸਾ ਜਿਹਾ ਹੀ ਰੱਖਾਂਗੇ। ਅਤੇ ਹੁਣ ਮੈਂ ਇਹਨੂੰ ਪਲੇਟ 'ਚ ਕੱਢ ਦੂੰਗੀ। ਅਤੇ ਮੈਂ ਹੁਣ ਇਹਨੂੰ ਫੈਲਾਉਂਗੀ। ਅਤੇ ਮੈਂ ਹੁਣ ਇਹਦੇ 'ਤੇ ਪਿਸਤਾ ਪਾ ਦੂੰਗੀ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ।
ਅਤੇ ਮੈਂ ਹੁਣ ਇਹਨੂੰ ਠੰਡਾ ਹੋਣ ਨਹੀਂ ਰੱਖੂੰਗੀ, ਇਹਨੂੰ ਬਿਲਕੁਲ ਠੰਡਾ ਕਰਾਂਗੇ। ਹੁਣ ਤੁਸੀਂ ਚਾਹੋ ਤਾਂ ਫਰਿੱਜ 'ਚ ਵੀ ਰੱਖ ਸਕਦੇ ਹੋ, ਪਰ ਮੈਂ ਇਹਨੂੰ ਰੂਮ ਟੈਂਪਰੇਚਰ 'ਤੇ ਰੱਖੂੰਗੀ। ਦੇਖੋ ਪੂਰੀ ਤਰ੍ਹਾਂ ਜੰਮ ਚੁੱਕੀ ਹੈ ਇਹ, ਹੁਣ ਮੈਂ ਇਹਦੀ ਬਰਫੀ ਕੱਟੂੰਗੀ। ਤੁਸੀਂ ਜਿਹੜੀ ਮਰਜ਼ੀ ਸ਼ੇਪ 'ਚ ਕੱਟ ਸਕਦੇ ਹੋ। ਦੇਖੋ ਬਰਫੀ ਬਣ ਕੇ ਤਿਆਰ ਹੈ, ਤੁਸੀਂ ਟਰਾਈ ਜ਼ਰੂਰ ਕਰਿਓ। ਅਤੇ ਬਹੁਤ ਵਧੀਆ ਬਣੀ ਹੈ, ਬਹੁਤ ਸੌਫਟ ਬਣੀ ਹੈ। ਦੇਖੋ ਤੁਹਾਨੂੰ ਬੇਸਣ ਦੀ ਬਰਫੀ ਕਿਵੇਂ ਲੱਗੀ ਮੈਨੂੰ ਕਮੈਂਟ ਜ਼ਰੂਰ ਕਰਿਓ, ਅਤੇ ਘਰ ਜ਼ਰੂਰ ਟਰਾਈ ਕਰਿਓ। ਆਪਾਂ ਇੱਕ ਹੋਰ ਰੈਸਪੀ 'ਚ ਮਿਲਾਂਗੇ, ਅੱਜ ਲਈ ਬਸ ਇੰਨਾ ਹੀ। ਥੈਂਕ ਯੂ।